ਸਿਸਟਮ ਹੈ ਉਹ ਹੀ ਮਦਦ ਤੁਹਾਨੂੰ ਆਪਣੀ ਬੇਗਮ ਨਾਲ ਆਣਾ ਜਿਹੜਾ ਸਾਡੇ ਨਾਲ ਅਸੀਂ ਕੋ ਵਕਰਾ ਤੇ ਤੁਹਾਨੂੰ ਸਟਾਈਲ ਦੇਣਾ ਗਿਆ ਹੈ ਕਰ ਲੋ ਸੁਣ ਲੈਣੀ ਮਤਲਬ ਉਹ ਫੋਨ ਸੁਣਨ ਨੇ ਸਭ ਤੋਂ ਪਹਿਲੀ ਇਹ ਗੱਲ ਹੁੰਦੀ ਹੈ ਕਿ ਹਮ ਆਪਕੇ ਸਾਥ ਰਾਤ ਗੁਜ਼ਾਰਨਾ ਚਾਹਤੇ ਹੈ ਕਿੰਨੇ ਪੈਸੇ ਲੈਣਗੇ ਡਾਇਰੈਕਟ ਗੱਲ ਹੀ ਹੈ ਡਾਇਰੈਕਟ ਉਹਨਾਂ ਨੂੰ ਪਤਾ ਲੱਗਿਆ ਨਾ ਸ਼ੁਕਰ ਹੈ ਫੋਨ ਸੁਣ ਲਿਆ ਉਹਨਾਂ ਨੇ ਸਭ ਤੋਂ ਪਹਿਲੀ ਗੱਲ ਇਹ ਕਰਨੀ ਹੈ ਹਮ ਆਪਕੇ ਸਾਥ ਰਾਤ ਗੁਜ਼ਾਰਨਾ ਚਾਹਤੇ ਹੈ ਕਿੰਨੇ ਪੈਸੇ ਲੈਣਗੇ ਸਾਡਾ ਮਸਲਾ ਹੱਲ ਕਰੋ ਕਿ ਮਤਲਬ ਰਿਲੇਸ਼ਨ ਬਣਾਓ ਤਲਕ ਬਣਾਓ ਹਾਂਜੀ ਤਲਕ ਰਿਲੇਸ਼ਨ ਹੈ ਕਿਹੜਾ ਕੋ ਪੂਰੇ ਸਾਥ ਵਾਸਤੇ ਬਣਾਉਂਦੇ ਨੇ ਮਤਲਬ ਇੱਕ ਰਾਤ ਦੇ ਮਹਿਮਾਨ ਬਣ ਜਾਓ ਸਾਡੇ ਸਾਡੇ ਬਿਸਤਰ ਦੀ ਰੌਣਕ ਬਣ ਜਾਓ ਫਿਰ ਸਾਡੇ ਨਾਲ ਠੀਕ ਹੈ ਜਿੰਨੇ ਵੀ ਪ੍ਰੋਡਿਊਸਰ ਨੇ ਜਿਹੜੇ ਆਪਣੇ ਆਪ ਵਿੱਚ ਪੜਦੇ ਨੇ ਕਿ ਸਾਡੇ ਵਰਗਾ ਪ੍ਰੋਡਿਊਸਰ ਕੋਈ ਨਹੀਂ ਜਾਂ ਸਾਡੇ ਵਰਗਾ ਬੰਦਾ ਕੋਈ ਨਹੀਂ ਜਾਂ ਸਾਡੇ ਵਰਗਾ ਇਹ ਕੋਈ ਨਹੀਂ ਜਾਂ ਸਾਡੇ ਵਰਗਾ ਉਹ ਕੋਈ ਨਹੀਂ ਮੈਂ ਕਹਿੰਦੀ ਹਾਂ ਕਿ ਕੁਝ ਵੀ ਨਹੀਂ ਹੈਗਾ ਜਿਹੜੇ ਤੁਹਾਡੇ ਕਮੈਂਟਸ ਆਣਗੇ ਤੁਹਾਡੇ ਕਮੈਂਟਸ ਆਦੇ ਸੀ ਕਿ ਸੋਬੀਆ ਖਾਨ ਨੂੰ ਕਹਾਂਗੇ ਕਿ ਸੋਬੀਆ ਖਾਨ ਹਰ ਕਮੈਂਟਸ ਜਿਹੜਾ ਤੁਹਾਡਾ ਸਵਾਲ ਆਏਗਾ ਉਹਦਾ ਜਨਾਬ ਜਵਾਬ ਜਿਹੜਾ ਹੈ ਭਰਾ ਜਿਹੜੇ ਨੇ ਉਹਨਾਂ ਨੇ ਸਾਥ ਛੱਡ ਦਿੱਤਾ ਫਿਰ ਹੈ ਮੈਂ ਇਕੱਲੀ ਜਿਹਨੇ ਕੰਮ ਕਰਨਾ ਸੀ ਘਰ ਵਾਲੇ ਨੂੰ ਖਵਾਉਣਾ ਸੀ ਮੇਰਾ ਭਾਈ ਉਹਦੇ ਤਿੰਨ ਚਾਰ ਬੱਚੇ ਨੇ ਉਹ ਵੀ ਮੇਰੀ ਮਾਂ ਨੇ ਪਾਲੇ ਸਨ ਬਚਪਨ ਵਿੱਚ ਉਹ ਵਾਲੇ ਵੀ ਸਾਡੇ ਕੋਲ ਆ ਵਰਗੈਂਡੀ ਵਾਲੇ ਪਾਸੇ ਗਏ ਹੋ ਜੀ ਉਦੋਂ ਹਿਸਾਬ ਆਇਆ ਕਰਨਾ ਪਿਆ ਮੈਨੂੰ ਐਂਡ ਮਜਬੂਰ ਹੋ ਕੇ ਮਤਲਬ ਮੈਂ ਨਹੀਂ ਕਹਿੰਦੀ ਕਿ ਮੈਂ ਨਹੀਂ ਕੀਤਾ ਮੇਰੇ ਕੋਲ ਹੋਇਆ ਸਾਰਾ ਕੁਝ ਆਪਣੇ ਵਿੱਚ ਨਾ ਪਰ ਇਹਨਾਂ ਨੇ ਕਿਸੇ ਨੇ ਕੁਛ ਵੀ ਨਹੀਂ ਅੱਜ ਕੱਲ੍ਹ ਕਰਦੇ 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 ਪੂਰਾ ਰਮਜ਼ਾਨ ਦਾ ਮਹੀਨਾ ਇਹਨਾਂ ਨੇ ਮੇਰਾ ਮਤਲਬ ਉੱਥੇ ਹਾਂ ਕਰ ਦਿੱਤਾ ਉਸ ਤੋਂ ਬਾਅਦ ਫਿਰ ਜਾ ਕੇ ਮੈਨੂੰ ਇਹ ਕਦਮ ਚੁੱਕਣਾ ਪਿਆ ਕੀ ਪਤਾ ਮੈਂ ਇਸ ਰਸਤੇ 'ਤੇ ਚੱਲ ਗਈ ਮਤਲਬ ਇੱਕ ਵਕਤ ਐਸਾ ਆਇਆ ਜਦੋਂ ਮੈਂ ਤੁਸੀਂ ਇਹ ਮਤਲਬ ਕੀ ਹਿਸਟਰੀ ਮਿਲੀ ਹੈ ਕਿ ਬਹੁਤ ਸਾਰੀਆਂ ਲੜਕੀਆਂ ਇਸ ਟਰੈਕ ਤੇ ਟੁੱਟ ਕੇ ਉਹਨਾਂ ਤਰੱਕੀ ਕੀਤੀ ਹੈ ਹਾਂਜੀ ਮਿਲੀ ਹੈ ਤਰੱਕੀ ਮਿਲੀ ਹੈ ਮੈਨੂੰ ਹਿਸਟਰੀ ਇਹਨਾਂ ਦੀ ਸਾਰਿਆਂ ਦੀ ਮਿਲੀ ਹੈ ਕਿ ਹਕੀਕਤ ਪਿੱਛੇ ਆ ਰਹੀ ਹਕੀਕਤ ਇਹਨਾਂ ਦੀ ਹੈ ਮਤਲਬ ਉਹ ਕਿਸੇ ਕੋਈ ਜੈਸੀ ਦੂਸਰੀ ਸੋਧੀਆਂ ਨਾਲ ਤਿਆਰ ਹੋ ਜਾਵੇ ਕਿ ਜਿਹੜੀ ਫਿਰ ਬਦਨਾਮ ਹੋਵੇ ਮੇਰੀ ਬਦਨਾਮੀ ਹੋਈ ਹੈ ਮਤਲਬ ਮੈਨੂੰ ਕੋਈ ਇੱਜ਼ਤ ਸ਼ੋਹਰਤ ਤੇ ਨਹੀਂ ਨਾ ਮਤਲਬ ਇਹਦੇ ਵਿੱਚ ਹੈ ਕਿ ਹਾਂ ਵੀ ਲੋਕ ਕਲੈਕ ਤਾੜੀਆਂ ਕਰ ਰਹੇ ਨੇ ਮਾਰ ਰਹੇ ਨੇ ਕਿ ਹਾਂ ਵੀ ਇਹਨੇ ਇਹਨੇ ਕੀਤਾ ਬਹੁਤ ਅੱਛਾ ਕੀਤਾ ਸਾਰੀ ਗੱਲਾਂ ਕਰ ਰਹੇ ਨੇ ਸਾਰਾ ਬੁਰਾ ਕਹਿ ਰਹੇ ਨੇ ਮੈਨੂੰ ਇਹ ਤਾਂ ਮੈਨੂੰ ਪਤਾ ਹੈ ਇਹਨਾਂ ਨੂੰ ਕੁਝ ਤੁਸੀਂ ਕਹਿ ਦਿਓ ਪਰ ਮੇਰਾ ਕੋਈ ਮੈਸੇਜ ਨਹੀਂ ਹੈ ਬਸ ਮੈਨੂੰ ਇਹ ਦੱਸ ਦੇਣਾ ਕਿ ਮੇਰੀ ਜ਼ਿੰਦਗੀ ਦੀ ਕਹਾਣੀ ਤੁਸੀਂ ਸਾਰੇ ਨੇ ਸੁਣ ਲਈ ਔਰ ਸਭ ਦੀ ਮਿਹਰਬਾਨੀ ਹੋਏਗੀ ਅਗਰ ਤੁਸੀਂ ਅੱਛੇ ਕਮੈਂਟਸ ਨਹੀਂ ਕਰ ਸਕਦੇ ਤਾਂ ਗੰਦੇ ਵੀ ਨਾ ਕਰਨਾ ਅਸਲਾਮ ਅਲੈਕੁਮ ਜੀ ਸੱਜਣੋ ਬੇਲੀਓ ਮਿੱਤਰੋ ਜੁੰਦੇ ਤੇ ਵਸਦੇ ਰਹੋ ਜਨਾਬ ਤੁਸੀਂ ਵੇਖ ਰਹੇ ਹੋ ABHD TV ਤੇ ਜਨਾਬ ਅਗਰ ਸਾਡੀਆਂ ਵੀਡੀਓ ਅੱਛੀਆਂ ਲੱਗਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੁਹਾਡੀ ਪਸੰਦੀਦਗੀ ਨੂੰ ਦੇਖਦਿਆਂ ਹੋਇਆਂ ABHD TV ਨੇ ਸ਼ੁਰੂ ਕੀਤਾ ਤੁਹਾਡੇ ਵਾਸਤੇ ਫਨੀ ਔਰ ਕਾਮੇਡੀ ਚੈਨਲ ਪੇਂਡੂ HD TV ਜੀ ਹਾਂ ਪੇਂਡੂ HD TV ਤੇ ਤੁਹਾਨੂੰ ਮਿਲਣਗੀਆਂ ਮਜ਼ੇਦਾਰ ਵੀਡੀਓ ਫਨੀ ਤੇ ਕਾਮੇਡੀ ਖਾਸ ਤੌਰ ਤੇ ਪਰਦੇਸੀ ਭਰਾਵਾਂ ਵਾਸਤੇ ਪੇਂਡੂ HD TV ਨੂੰ ਤੁਸੀਂ ਜ਼ਰੂਰ ਦੇਖਣਾ ਦੋਸਤ ਅਹਬਾਬ ਨਾਲ ਜ਼ਿਕਰ ਕਰਨਾ ਔਰ ਜਨਾਬ ਇਹਨੂੰ ਸਬਸਕ੍ਰਾਈਬ ਕਰਨਾ ਵਿਜ਼ਿਟ ਜ਼ਰੂਰ ਕਰਨਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਉਮੀਦਾਂ ਤੇ ਪੂਰਾ ਉਤਰੀਏ ਅੱਛਾ ਸੋਬੀਆ ਹਾਂਜੀ ਕਿਸ ਤਰ੍ਹਾਂ ਜਿਹੜਾ ਜ਼ਿਹਨ ਹੈ ਮਤਲਬ ਇਹ ਫਿਰ ਕਿਹਨੇ ਕਿਸੇ ਨੇ ਮਸ਼ਵਰਾ ਦਿੱਤਾ ਜਾਂ ਆਪਣੇ ਜ਼ਿਹਨ ਨੇ ਫੈਸਲਾ ਕੀਤਾ ਕਿ ਮੈਂ ਬੋਲਡ ਕਰੈਕਟਰ ਕਰਾਂ ਬੋਲਡ ਫਿਕਸ ਬਣਾਵਾਂ ਤੇ ਬੋਲਡ ਮਤਲਬ ਸਾਰਾ ਕੁਝ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਮਤਲਬ ਸਾਰੇ ਐਕਟਰਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਹੈ YouTube ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਾ ਸੁਣਨ ਨੂੰ ਮਿਲਦੀਆਂ ਨੇ ਔਰ ਮਜ਼ੇ ਦੀ ਗੱਲ ਹੈ ਕਿ ਮੈਂ ਅੱਜ ਤੱਕ ਫੀਲ ਦੇ ਵਿੱਚ ਰਹਿ ਕੇ ਇਸ਼ਕ ਮੁਹੱਬਤ ਦੇ ਚੱਕਰ ਸਹੀ ਨੇ ਤੁਹਾਨੂੰ ਪਤਾ ਕਿ ਕੁੜੀਆਂ ਤੁਸੀਂ ਵੇਖਦੇ ਹੋ ਕਿ 11 ਮਹੀਨੇ ਸ਼ਾਦੀ ਕੀਤੀ ਹੋਈ ਹੈ
ईमान नहीं की गल है नहीं जब मेरी शादी हुई थी ना उस तो बाद सारा कुछ खत्म हो गया तो तलाक हुई है उस तो बाद मतलब उस टाइम तो मैंने पता ही नहीं सी इस दुनिया का इस फील्ड का कि की फील्ड है इतने की होगा होगा किमें होगा होगा पर उस टाइम तेरा चीज़ा नहीं पता थी पर उस तो बाद फिर जब तू डिवोर्स हो गया खत्म हो गई तो कल बाद फिर आए हैं ऐसे फिर मकान प्रोड्यूसर कुछ नजर आए ने रास्ते कभी किसी ने खराब था मल से लोग सब जिन्होंने मतलब मेरा रास्ता करवाया वो किसी बड़ी शायद उदान दे उन्होंने रास्ता करके फिर उन्होंने मैं मतलब पहला ड्रामा करोना बाद लैके गए ड्रामा करवाया मतलब उस टाइम मैं बिल्कुल बट्टा लपेट के बड़ी शकीन भी थोड़ी थी बन के डर के बैठी हुई थी पता की होएगा उ पता नहीं ना हूँ तो पता लगे हूँ तो आवे कोई सामने खड़ो हो दसिए उन्होंने कि किमें होता है डरी हुई मतलब बिल्कुल ही डर गई ना तो उतो फिर ड्रामा शामा गए उसे ड्रामा से किया एक दिन ड्रामा करके वापस आए हैं थोड़ी जी ना शर्म हुई जाते फिर नेक्स्ट जाते रहे करते रहे इधर उधर ड्रामे मुकाबले मतलब सारे शहरों के बीच तेरा गल इलाके में इतना ड्रामा करते उस बाद फिर पिंडी गई हो पिंडी में मतलब तीन चार साल रेगुलर ठीक है पिंडी गंगिया खान पिंडी गंगिया खान मतलब दो शहर मेरे पक्के हो गए सब ड्रामा करने वाले फिर कुछ जिंदगी मोड़ ऐसे आए हैं कुछ लोग ऐसे आए जिन्होंने लाहौर के मशे देखे समझ फिर उधर लाहौर वाले शहर से मूव किया उधर जाके फिर ज़्यादा पता लगा कि किस तरह चलना की होता है उसे ज़्यादा पता लगे ना फिर तुर पे मैं कब कदमा रक्षा के बेचते 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 आते मैं बदनाम हुई थी ओ जिंदगी ते ऐ जिंदगी कितना का फर्क है तेरी ओ जिंदगी से ना उस तरह की जिंदगी मैं नहीं लगता कि दोबारा मेरी जिंदगी लगता कि होने ही क्योंकि इस तरह बड़ा मुश्किल हो जाता है कि जरा इंसान शर्याम हो जाए ना बदनाम बहुत मुश्किल हो जाता है कि उस जिंदगी के बीच दोबारा कुछ ऐसा हो गया कि वो दोबारा उस जिंदगी चला जाए जिस जिंदगी चो आया हूँ मैं उस जिंदगी ने बहुत मिस करती हूँ सब लोग बहुत अच्छे अच्छा जो भी कहावत पढ़ी है कि इंसान जब भुखा होता है तो दौलत की भुख होती है तो जब दौलत आ जाती है फिर सुकून तो तमनान की भुख होती है ये कोई है गल इस तरह हाँ जी मतलब मैं तुम पहले दसिया कि मेरे को कुछ खाने वास्ते भी नहीं होता मतलब ऐसा हालात ऐसा एक वक्त आया सिर्फ जिंदगी के दो महीने मेरे से ऐसे आए बाकी मैं जिंदगी बड़ी सुकून से गुजारी अच्छे तरीके काम करके अच्छे तरीके अपनी मेहनत करके पब्लिक को खुश करना लैब लैने और बड़ी उस जिंदगी से बहुत खुशी थी पर उदों जो अब दो महीने आए ना उदों पता लगे कि अगर पैसे इंसान को ना हो तो उदो कोई भी नहीं होंगे कुछ लोग ऐसे ने मतलब जिन्होंने कह रहे सन कि अल्लाह ना करे तेलो कुछ हो गए तो असं यह कर लेंगे यह कर लेंगे वो दो महीनों के मैं मेरे रब ने यह बखाया है कि अगर तू तेरे को कुछ नहीं ना तो तेरे कुछ भी नहीं है पैसा नहीं तो फिर कुछ भी नहीं कुछ भी नहीं रिश्तेदार भी अपने भी नहीं है मैं कैसी हाँ कि मेरे जोड़ा बैकग्राउंड है मेरी फैमिली मतलब मेरे नाल उन्होंने कोई भी प्यार नहीं करता किसी का मेरा कोई प्यार नहीं है मेरे खानदान तक मेरे नाल कोई दिनों प्यार करते ही नहीं मैं प्यार मिलता है फनकारा को इस दुनिया को मतलब जो मेरे नाल हंस के बोल लेंगे हंस के बुला लेंगे कुछ एक्टर ऐसे ने कि जो मैं खुश करने वास्ते काफ़ी एडमा करते हैं कल आते ना मैं काफ़ी कभी कभी बोर हो जाती हाँ या डिस्टर्ब हो जाती है ना वो तो फिर वो काफ़ी मैं खुश करते हैं मेरी जी खुशी है वो हूँ इन्हें एक्टर के बीच रह गई तो मुहब्बत का दावा करने वाले की गिनती कितनी है इस टाइम हर बंदा अपनी अपनी मतलब लाई तो होनी नहीं लाई तो होंगी जाहिर है
ਅਸੀਂ ਨਾ ਪੱਲੋ ਫੜਾਈਏ ਨਾ ਤੇ ਕੋਈ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਜੀ ਇਹਦੇ ਆਪਣੇ ਦੇ ਵਿੱਚ ਹੋਣਾ ਚਾਹੀਦਾ ਨਾ ਗੈਟਸ ਕਿ ਆਣ ਕੇ ਤੁਸੀਂ ਮੇਰੇ ਕੋਲ ਬੈਠੇ ਹੋ ਤੇ ਮੈਂ ਤੁਹਾਨੂੰ ਲੈਣ ਕਰਾਵਾਂਗੀ ਬਾਈ ਫਿਰ ਤੁਸੀਂ ਆਟੋਮੈਟਿਕ ਨਹੀਂ ਕਹੋਗੇ ਕਿਉਂ ਮੈਨੂੰ ਆਪਣੇ ਆਪ ਮਿਲ ਰਹੀ ਕਿ ਮੈਨੂੰ ਕੀ ਜ਼ਰੂਰਤ ਹੈ ਕੋਸ਼ਿਸ਼ ਕਰਨ ਦੀ ਬਸ ਲੈ ਕੇ ਫਿਰ ਅਸੀਂ ਫਿਰ ਉਹ ਧਿਆਨ ਹੀ ਨਹੀਂ ਦੇ ਦੋ ਸਾਈਡ ਤੇ ਨਾ ਨਹੀਂ ਲੇਕਿਨ ਅੱਜ ਕੱਲ ਤੇ ਕਿਹਾ ਜਾਂਦਾ ਕਿ ਸੋਬੀਆਂ ਹਾਂ ਲੈਣ ਨਹੀਂ ਕਰਾ ਰਹੀ ਉਹਨੇ ਲੈਣਾ ਮੁੱਲੀ ਦੇ ਲੀਆਂ ਨੇ ਐਸਾ ਸੋਚ ਹੈ ਨਾ ਉਹਨਾਂ ਦੀ ਸਾਰਿਆਂ ਦੀ ਐਸਾ ਸਾਰਿਆਂ ਦੀ ਸੋਚ ਹੈ ਮੈਨੂੰ ਕਾਫੀ ਆਫਰਾਂ ਵੀ ਹੋਈਆਂ ਨੇ ਮਤਲਬ ਲੱਖਾਂ ਦਾ ਪਿਆਲ ਪਹੁੰਚੀ ਹੈ ਪਰ ਨਹੀਂ ਜ਼ਰੂਰੀ ਨਹੀਂ ਹੈ ਇਹ ਥੋੜੇ ਕਰ ਲਿਆ ਹੁਣ ਮਤਲਬ ਅੱਲਾ ਮਾਫੀ ਦੇਵੇ ਕਿ ਉਸ ਰਸਤੇ ਤੇ ਵੀ ਚੱਲਣਾ ਇੱਕ ਰਸਤਾ ਬਣਾਇਆ ਸੀ ਪਰ ਲੋ ਵੀ ਹੁਣ ਮੈਂ ਖਤਮ ਕਰ ਦਿੱਤਾ ਕਿਉਂਕਿ ਮੈਨੂੰ ਸਾਰਾ ਕੁਝ ਵੇਖ ਰਿਹਾ ਕਿ ਆਪਣੇ ਆਪ ਨੂੰ ਆਪ ਨਫ਼ਰਤ ਹੋਣਾ ਹੈ ਕਿਆ ਮੈਂ ਜੋ ਕੀਤਾ ਮਤਲਬ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਗਲਤ ਹੈ ਫੈਸਲਾ ਕੀ ਐਸਾ ਦਿਲ 'ਚ ਖਿਆਲ ਆਇਆ ਕਿ ਫਿਰ ਇਹ ਸਭ ਕੁਝ ਕਰਕੇ ਤੇ ਫਿਰ ਉਹਨੂੰ ਛੱਡ ਦਿੱਤਾ ਲਾਈਨ ਚੇਂਜ ਕਰ ਲਈ ਕਿਹੜਾ ਐਸਾ ਖਿਆਲ ਆਇਆ ਕੋਈ ਵਾਕਿਆ ਵੇਖਿਆ ਕਿਸੇ ਨੇ ਸਮਝਾਇਆ ਕੀ ਹੋਇਆ ਐਸਾ ਚੇਂਜਿੰਗ ਆਈ ਹੈ ਇੱਕ ਤੇ ਸਮਝਾਉਣਾ ਦੇ ਤੁਹਾਨੂੰ ਪਤਾ ਅੱਜ ਕੱਲ੍ਹ ਦੌਰ ਵਿੱਚ ਕਾਟੀ ਹੁੰਦੀ ਹੈ ਸਮਝਾਇਆ ਕਿਸੇ ਨੇ ਪਰ ਲੇਕਿਨ ਇਨਸਾਨ ਨੂੰ ਨਾ ਆਪਣੇ ਆਪ ਵਿੱਚ ਅਗਰ ਗਿਰੇਵਾਨ ਨੇ ਚਾਦੀ ਮਾਰਿਆ ਨਾ ਤਾਂ ਉਹਨੂੰ ਬੜਾ ਕੁਛ ਨਜ਼ਰ ਆਉਂਦਾ ਕਿ ਮੈਂ ਸੀ ਤੇ ਕਿਉਂ ਹੋਇਆ ਮੈਂ ਜਦੋਂ ਇਹ ਕੰਮ ਨਹੀਂ ਸੀ ਕੀਤਾ ਅੱਲਾ ਦਾ ਸ਼ੁਕਰ ਸੀ ਮੈਂ ਉਸ ਟਾਈਮ ਨਮਾਜ਼ ਕਰ ਰਹੀ ਸਾਂ ਹੁਣ ਮੈਂ ਕਰਕੇ ਹੁਣ ਮੈਂ ਦਿਲ ਸ਼ਰਮਿੰਦਾ ਹੁੰਦੀ ਹਾਂ ਜਦੋਂ ਅਦਾਨ ਹੁੰਦੀ ਹੈ ਮੈਂ ਉਸ ਟਾਈਮ ਬਹੁਤ ਸ਼ਰਮਿੰਦਾ ਹੁੰਦੀ ਹਾਂ ਕਿ ਯਾਰ ਮੈਂ ਕੀ ਕੀਤਾ ਪਰ ਅੱਲਾ ਕੋਲੋਂ ਮਾਫ਼ੀ ਮੰਗੀ ਕਿ ਨਮਾਜ਼ ਪੜ੍ਹੀ ਤੇ ਤੌਬਾ ਕਰੀ ਮਤਲਬ ਮੇਰੇ ਕੋਲ ਕੋਈ ਮੇਰੇ ਯੂਟਿਊਬ ਚੈਨਲ ਨਹੀਂ ਹੈ ਤੇ ਜਦੋਂ ਵੀ ਵੀਡੀਓ ਅਪਲੋਡ ਕਰਾਂ ਤਾਂ ਚਲੋ ਮੈਂ ਡਿਲੀਟ ਕਰ ਦਾਂ ਪਤਾ ਨਹੀਂ ਕਿਹੜੇ ਕਿਹੜੇ ਲੋਕਾਂ ਨੇ ਚੈਨਲ ਫੇਸਬੁੱਕ ਪੇਜ ਉਹ ਇਤਨੇ ਕਿ ਬਣਾਏ ਹੋਏ ਨੇ ਮਤਲਬ ਮੈਂ ਯੂਜ਼ ਹੀ ਨਹੀਂ ਕਰਦੀ ਇਹ ਚੀਜ਼ਾਂ ਨਾ ਮੈਂ ਪਬਲਿਸਿਟੀ ਅਪਲੋਡ ਕਰਦੀ ਹੁੰਦੀ ਹਾਂ ਉਸ ਤੋਂ ਬਾਅਦ ਬੰਦ ਕਰ ਦਿੰਦੀ ਹਾਂ ਪਰ ਲੋਕ ਮੈਨੂੰ ਗਲਤ ਲੱਗ ਰਿਹਾ ਕਿ ਜੋ ਕੀਤਾ ਮੈਂ ਗਲਤ ਲੋਕ ਉਹਨੂੰ ਆਪਣਾ ਉਹਨਾਂ ਨੇ ਬਿਜ਼ਨਸ ਬਣਾਇਆ ਹੈ ਹਾਂਜੀ ਅਪਡੇਟ ਕਰ ਰਹੇ ਨੇ ਅਪਡੇਟ ਕਰ ਰਹੇ ਨੇ ਲੋਕਾਂ ਨੇ ਤਾਂ ਬਿਜ਼ਨਸ ਬਣਾ ਲਿਆ ਨਾ ਆਪਣਾ ਕੰਮ ਕਰ ਲਿਆ ਕਿ ਹਾਂਜੀ ਹੁਣ ਪਤਾ ਨਹੀਂ ਕੋਈ ਪੁਰਾਣੀਆਂ ਵੀਡੀਓ ਚੁੱਕ ਚੁੱਕ ਕੇ ਸੁਣੀ ਜਾ ਰਹੇ ਨੇ ਮੈਂ ਡੇਲੀ ਚੈੱਕ ਕਰਦੀ ਹਾਂ ਯੂਟਿਊਬ ਤੇ ਕੀ ਹੋ ਰਿਹਾ ਕੁਝ ਗਾਣੇ ਸੰਗ ਮੈਂ ਸ਼ੂਟ ਕਰਵਾਏ ਮਤਲਬ ਉਹ ਉਸ ਟਾਈਮ ਕਰਵਾਏ ਸੀ ਤੇ ਮੈਂ ਐਸ ਕਦਮ ਨਾਲ ਜੋਸ਼ ਨਾਲ ਜਾ ਰਹੀ ਸੀ ਕਿ ਨਹੀਂ ਹੁਣ ਡੁੱਬਣਾ ਨਹੀਂ ਬਰੇ ਹੁਣ ਜਾ ਹੁਣ ਕੁਝ ਨਾ ਕੁਝ ਕਰਨਾ ਉਦੋਂ ਮੈਂ ਉਹ ਗਾਣੇ ਸ਼ੂਟ ਕਰਵਾਏ ਸਨ ਮਤਲਬ ਉਹ ਹੁਣ ਇੱਕ ਇੱਕ ਕਰਕੇ ਗਾਣਾ ਉਹ ਸੈਂਡ ਕਰ ਰਹੇ ਨੇ ਮਤਲਬ ਇੱਕ ਗਾਣਾ ਲੋਕ ਰੱਜ ਕੇ ਵੇਖ ਲੈਂਦੇ ਫਿਰ ਉਹ ਦੂਸਰਾ ਸੈਂਡ ਕਰ ਦਿੰਦੇ ਫਿਰ ਉਹ ਵੇਖ ਲੈਂਦੇ ਨੇ ਫਿਰ ਉਹ ਦੂਸਰਾ ਸੈਂਡ ਕਰ ਦਿੰਦੇ ਮਤਲਬ ਉਹ ਹੁਣ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਵਧਾ ਵਧਾ ਕੇ ਵਧਾ ਵਧਾ ਕੇ ਨਾ ਉਹ ਦੁਬਾਰਾ ਚੈਨਲ ਆਪਣਾ ਤੇ ਇੱਧਰ ਉੱਧਰ ਗਿਆ ਫੇਸਬੁੱਕ ਤੇ ਉਹ ਸਾਰੇ ਲਾਈਵ ਜਾ ਰਹੇ ਨੇ ਲਾਈਵ ਕਿਤਨੇ ਤੇ ਸੋਫੀਆ ਖਾਨ ਦਾ ਰਿਕਾਰਡ ਬਣ ਗਿਆ असलाम अलैकुम जी सजनों बेलियो मित्रों जूंदे ते वसते रहो जनाब तुसी वेख रहे हो ABHD TV ते जनाब अगर साड़ियां वीडियो अच्छियां लगन ते साडे चैनल नू सबसक्राइब जरूर करना ताकि साड़ियां आने वाली नवीं वीडियो तुहाडे तक पहुंचदियां रहन तुहाडी पसंदीदगी नू देखदे होया ABHD TV ने शुरू कीता तुहाडे वास्ते फनी और कॉमेडी चैनल Pendu HD TV जी हाँ Pendu HD TV ते तुहानू मिलणगे मज़ेदार वीडियो फनी ते कॉमेडी खास तौर ते परदेसी भरावां वास्ते Pendu HD TV नू तुसी जरूर देखना दोस्त अहबाब नाल ਜ਼ਿਕਰ ਕਰਨਾ ਔਰ ਜਨਾਬ ਇਹਨੂੰ ਸਬਸਕ੍ਰਾਈਬ ਕਰਨਾ ਵਿਜ਼ਿਟ ਜ਼ਰੂਰ ਕਰਨਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਉਮੀਦਾਂ 'ਤੇ ਪੂਰਾ ਉਤਰੀਏ